ਬਿਗ ਬੌਸ ਦੇ ਘਰ ਵਿੱਚ ਕੱਲ ਕੰਟੈਸਟੈਂਟ ਸੁਰਬੀ ਰਾਣਾ ਗੁੱਸੇ ਨਾਲ ਅੱਗ ਬਬੂਲਾ ਹੋ ਗਈ ਤੇ ਰੋਮਿਲ ਚੌਧਰੀ ਨੂੰ ਗਿਰਿਆ ਹੋਇਆ ਇਨਸਾਨ ਕਹਿ ਦਿੱਤਾ। ਸੁਰਬੀ ਨੇ ਕਿਹਾ ਕਿ ਰੋਮਿਲ ਘਰ ਦੀਆਂ ਸਾਰੀਆਂ ਫੀਮੇਲ ਕੰਟੈਸਟੈਂਟਸ ਨੂੰ ਘੂਰਦਾ ਹੈ ਜੋ ਕਿ ਉਸ ਨੂੰ ਬਿਲਕੁਲ ਪਸੰਦ ਨਹੀਂ। ਰੋਮਿਲ ਨੇ ਆਪਣਾ ਬਚਾਅ ਕਰਦੇ ਹੋਏ ਆਪਣੇ ਬੇਟੇ ਦੀ ਕਸਮ ਤੱਕ ਖਾ ਲਈ ਪਰ ਸੁਰਬੀ ਰਾਣਾ ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।